ਸਾਰੇ ਦਰਸਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਗੈਜਟਸ ਬਹੁਤ ਯੂਜ ਹੁੰਦੇ ਆ, ਪਰ ਅਸੀਂ ਕਦੇ ਵੀ ਸੋਚਿਆ ਹੈ ਅਸੀਂ ਗੈਜਟਸ ਚਲਾ ਰਹੇ ਹਾਂ ਜਾਂ ਕਿਤੇ ਗੈਜਟਸ ਸਾਨੂੰ ਤੇ ਨਹੀਂ ਚਲਾ ਦਿੰਦੇ ਪਏ? ਅੱਜ ਅਸੀਂ ਖਾਸ ਸਕੂਲ ਦੇ ਬੱਚੇ ਗਰੁੱਪ ਡਿਸਕਸ਼ਨ ਕਰਾਂਗੇ ਗੈਜਟਸ ਨੂੰ ਕਿਵੇਂ ਯੂਜ ਕਰੀਦੇ ਆ। ਤੈਨੂੰ ਪਤਾ ਹੈ ਮੈਨੂੰ ਇੱਕ ਨਵਾਂ ਆਈਫੋਨ ਐਕਸ ਮਿਲਿਆ। ਤੈਨੂੰ ਅੱਜ ਮਿਲਿਆ? ਮੈਨੂੰ ਤਾਂ ਬਹੁਤ ਚਿਰ ਮਿਲਿਆ ਹੋਇਆ ਸੀ। ਤੂੰ ਕਿਹੜੇ ਗੇਮਾਂ ਡਾਊਨਲੋਡ ਕੀਤੀਆਂ? ਮੈਂ ਟੈਂਪਲਾਂ ਕੀਤੀ ਆ, ਸਰਵਿਸ ਤੇ ਪਬਜੀ। ਤੂੰ ਪਬਜੀ ਡਾਊਨਲੋਡ ਕੀਤੀ ਆ? ਹਾਂ, ਮੈਂ ਤਾਂ ਖੇਡ ਵੀ ਲਈ। ਪਬਜੀ ਤਾਂ ਮੇਰੀ ਫੇਵਰਿਟ ਗੇਮ ਆ। ਮੈਨੂੰ 10 ਦਿਨ ਦੀ ਮੈਂ ਤਾਂ ਰਾਤੀ 2 ਵਜੇ ਖੇਡੀ ਜਾਂਦੀ ਸੀ। ਆਪਾਂ ਪੇਰ ਚ ਹੋ ਜਾਂਦੇ। ਹਾਂ, ਨਾਲੇ ਅਸੀਂ ਜਿੱਤ ਜਾਂਦੇ। ਤੁਸੀਂ ਦੋਵੇਂ ਕੀ ਪਬਜੀ ਪਬਜੀ ਕਰੇ ਜਾਂਦੇ ਆ? ਸਾਨੂੰ ਇਹ ਜਨਮ ਮਿਲਿਆ ਪਬਜੀ ਪਬਜੀ ਕਰਨ ਵਾਸਤੇ। ਹਾਂ, ਨਾਲੇ ਤੁਸੀਂ ਰਾਤੀ 2 ਵਜੇ ਤੱਕ ਪਬਜੀ ਖੇਡ ਕੇ ਟਾਈਮ ਨਾਲ ਸਕੂਲ ਕਿਵੇਂ ਆ ਗਏ? ਅਸੀਂ ਕਿਹੜੇ ਸਕੂਲੇ ਕੋਈ ਪੜ੍ਹਨ ਆਉਂਦੇ ਜਾਂ ਡਰੈਸ ਜਵਾਉਂਦੇ ਆ, ਅਸੀਂ ਸਿਰਫ ਇੱਥੇ ਫਰੈਂਡਾਂ ਦਾ ਨਾਲ ਇੰਜੋਏ ਕਰਨ ਆਉਂਦੇ ਆ। ਤੁਹਾਡੀ ਮੰਮੀ ਪਾਪਾ ਅਲਾਓ ਕਰਦੇ ਆ 2 ਵਜੇ ਤੱਕ ਪਬਜੀ ਖੇਡ ਵਾਸਤੇ? ਮੰਮੀ ਪਾਪਾ ਨੂੰ ਕੌਣ ਦੱਸਦਾ ਇਸ ਜ਼ਮਾਨੇ 'ਚ? ਤੁਸੀਂ ਮੰਮੀ ਪਾਪਾ ਨੂੰ ਨਹੀਂ ਬੇਵਕੂਫ ਬਣਾਉਂਦੇ, ਆਪਣੇ ਆਪ ਨੂੰ ਬਣਾਉਂਦੇ ਆ। ਉਹ ਸੁਣ, ਇਸ ਜ਼ਮਾਨਾ ਸੋਸ਼ਲ ਮੀਡੀਆ ਦਾ ਆ, ਔਰ ਜੇ ਅਸੀਂ ਸੋਸ਼ਲ ਮੀਡੀਆ ਨੇ ਨਾ ਡਾਊਨਲੋਡ ਕਰਾਂਗੇ ਫਿਰ ਆਪਾਂ ਅਸੀਂ ਫਰੈਂਡ ਵੀ ਬਣਾ ਸਕਦੇ, ਨਾ ਅਸੀਂ ਫਰੈਂਡ ਨਾਲ ਨਾ ਗੱਲ ਕਰ ਸਕਦੇ, ਉੱਪਰੋਂ ਅਸੀਂ ਸਾਰੀ ਦੁਨੀਆ ਦੇ ਨਾਲ ਵੀ ਕਨੈਕਟ ਹੋ ਸਕਦੇ। ਤੁਹਾਨੂੰ ਪਤਾ ਗੈਜਟਸ ਤੁਸੀਂ ਨਹੀਂ ਯੂਜ਼ ਕਰ ਰਹੇ, ਗੈਜਟਸ ਤੁਹਾਨੂੰ ਯੂਜ਼ ਕਰ ਰਹੇ ਨੇ। ਹਾਂਜੀ, ਇੰਡੀਆ ਦਾ ਐਡਵਾਂਸ ਟੈਕਨੋਲੋਜੀ ਵੀ ਹੋਏ ਜਿਹੜੇ ਗੈਜਟਸ ਸਾਨੂੰ ਚਲਾ ਲੈਣਗੇ। ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਹਾਂ, ਫਿਰ ਤੁਹਾਨੂੰ ਸਮਝ ਆਊ। ਇੱਕ ਮਦਰ, ਫਾਦਰ ਅਤੇ ਸਨ ਦੀ ਫੈਮਿਲੀ ਹੁੰਦੀ ਸੀ। ਉਸ ਫੈਮਿਲੀ ਦੇ ਵਿੱਚ ਗੈਜਟਸ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਸੀ। ਸਭ ਤੋਂ ਪਹਿਲਾਂ ਫਾਦਰ, ਉਹ ਆਪਣੇ ਫੋਨ ਨੂੰ ਇੰਨਾ ਜ਼ਿਆਦਾ ਯੂਜ਼ ਕਰਨ ਲੱਗ ਗਿਆ ਸੀ, ਉਹ ਆਪਣੀ ਵਾਈਫ ਨੂੰ ਜਮਾ ਹੀ ਟਾਈਮ ਦਿੰਦਾ ਸੀ। ਉਵੇਂ ਉਹਦੀ ਵਾਈਫ ਆਪਣੇ ਸਨ ਨੂੰ ਨਹੀਂ ਟਾਈਮ ਦਿੰਦੀ ਸੀਗੀ। ਫਿਰ ਇੱਕ ਦਿਨ ਸਡਨਲੀ ਉਹ ਸਿੱਕ ਹੋ ਗਈ। ਉਹ ਆਪਣੇ ਸਨ ਨੂੰ ਪੁੱਛ ਰਹੀ ਸੀ, ਮੈਨੂੰ ਇੱਕ ਪਾਣੀ ਦਾ ਗਲਾਸ ਦੇ ਦੇ, ਪਰ ਉਹਨੇ ਦਿੱਤਾ ਨਹੀਂ ਕਿਉਂਕਿ ਉਹ ਆਪਣੇ ਫੋਨ ਵੱਲ ਬਹੁਤ ਜ਼ਿਆਦਾ ਅਟੈਨਸ਼ਨ ਪੇ ਕਰ ਰਿਹਾ ਸੀ ਅਤੇ ਉਹਨੂੰ ਕੁਛ ਵੀ ਨਹੀਂ ਪਤਾ ਲੱਗ ਰਿਹਾ ਸੀ ਉਹਦੇ ਆਲੇ ਦੁਆਲੇ ਹੋ ਕੀ ਰਿਹਾ। ਉਹਨੂੰ ਕੁਛ ਸੁਣਾਈ ਵੀ ਨਹੀਂ ਦੇ ਰਿਹਾ ਸੀ? ਨਹੀਂ, ਉਹਨੂੰ ਕੁਛ ਸੁਣਾਈ ਵੀ ਨਹੀਂ ਦੇ ਰਿਹਾ ਸੀ ਕਿਉਂਕਿ ਉਹਦੇ ਗੈਜਟਸ ਨਾਲੇ ਫੋਨ ਦੇ ਵਿੱਚ ਇੰਨਾ ਜ਼ਿਆਦਾ ਅਡਿਕਟਡ ਹੋ ਗਿਆ ਸੀ। ਗੈਜਟਸ ਦੀ ਅਡਿਕਸ਼ਨ ਫਿਰ ਕਿਹੜੀ ਅਡਿਕਸ਼ਨ ਕਰੀ ਹੈ? ਗੁਰੂ ਸਾਹਿਬ ਕਹਿ ਰਹੇ ਨੇ, ਨਾਮ ਕੁਮਾਰੀ ਨਾਨਕ ਚਿੜੀ ਰਹੇ ਦਿਨ ਰਾਤ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੋਇਆ ਕਿ ਆਪਾਂ ਨੂੰ ਸਿਰਫ ਪਰਮਾਤਮਾ ਦੇ ਨਾਮ ਦੀ ਐਡਿਕਸ਼ਨ ਹੋਣੀ ਚਾਹੀਦੀ ਹੈ। ਪਰਮਾਤਮਾ ਦੇ ਨਾਮ ਦੀ ਐਡਿਕਸ਼ਨ, ਇਹ ਕਿਹੜੀ ਐਡਿਕਸ਼ਨ ਹੁੰਦੀ ਆ? ਮੈਂ ਤੁਹਾਨੂੰ ਦੱਸਦੀ ਹਾਂ ਕਿਹੜੀ ਐਡਿਕਸ਼ਨ ਆ। ਇਹ ਉਹ ਐਡਿਕਸ਼ਨ ਆ ਜਦੋਂ ਸਵੇਰੇ ਅਰਲੀ ਉੱਠੋ, ਅੰਮ੍ਰਿਤ ਵੇਲੇ ਉੱਠੋ, ਜਪਜੀ ਸਾਹਿਬ ਕਰੋ, ਝੂਠ ਨਾ ਬੋਲੋ। ਪਰ ਇਸ ਜ਼ਮਾਨੇ ਵਿੱਚ ਇੰਨੀ ਅਰਲੀ ਕੌਣ ਉੱਠ ਸਕਦਾ? ਅਸੀਂ ਸਕੂਲ ਨਹੀਂ ਜਾਣਾ ਹੁੰਦਾ, ਉੱਪਰੋਂ ਅਸੀਂ ਪਾਠ ਕਿਉਂ ਨਹੀਂ ਕਰ ਲਾਂਗੇ ਇੰਨਾ ਅਰਲੀ? ਤੁਸੀਂ ਦੋਨੇ ਮੈਨੂੰ ਇੱਕ ਗੱਲ ਦੱਸੋ, ਜੇ ਤੁਸੀਂ ਲੌਂਗ ਡਰਾਈਵ 'ਤੇ USA ਜਾਂਦੇ ਹੋ ਤਾਂ ਤੁਸੀਂ ਸਵੇਰੇ ਅਰਲੀ ਉੱਠਦੇ ਹੋ, ਹੈ ਨਾ? ਹਾਂ। ਤੁਸੀਂ ਅਰਲੀ ਤਾਂ ਉੱਠਦੇ ਹੋ ਤਾਂ ਕਿ ਤੁਸੀਂ ਉੱਥੇ ਵੀ ਅਰਲੀ ਪਹੁੰਚ ਜਾਓ, ਅਤੇ ਉਦੋਂ ਰੋਡ 'ਤੇ ਵੀ ਨਹੀਂ ਟ੍ਰੈਫਿਕ ਹੁੰਦਾ। ਐਵੇਂ ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਕਿ ਆਪਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਉਸ ਵੇਲੇ ਆਪਣਾ ਮਨ ਸ਼ਾਂਤ ਹੁੰਦਾ ਹੈ ਅਤੇ ਆਪਣੇ ਮਨ 'ਤੇ ਜੋ ਵਿਕਾਰਾਂ ਦਾ ਟ੍ਰੈਫਿਕ ਹੁੰਦਾ ਹੈ ਉਹ ਵੀ ਨਹੀਂ ਹੁੰਦਾ। ਪਰ ਉਹ ਕਿਵੇਂ? ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵੇ ਆਫ ਲਾਈਫ ਹੈ। ਗੁਰਬਾਣੀ ਸੁਣਨ ਦੇ ਵਿੱਚ ਵੇ ਆਫ ਲਾਈਫ ਕਿੱਦਾਂ ਪਤਾ ਲੱਗ ਜਾਂਦਾ? ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਆਪਾਂ ਨੂੰ ਵਿਲ ਪਾਵਰ ਵੱਧਦੀ ਹੈ, ਕੰਸੈਂਟ੍ਰੇਸ਼ਨ ਵੱਧਦੀ ਹੈ ਅਤੇ ਲਿਸਨਿੰਗ ਪਾਵਰ ਵੱਧਦੀ ਹੈ। ਲਿਸਨਿੰਗ ਪਾਵਰ, ਇਹ ਕਿਹੜੀ ਪਾਵਰ ਹੈ? ਗੁਰੂ ਸਾਹਿਬ ਜੀ ਕਹਿੰਦੇ ਨੇ, ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲੇ ਆਕਾਸ਼। ਹੈ ਸੁਣਿਆ ਸਿੱਧ ਪੀਰ ਸੁਰ ਨਾਥ, ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੋਇਆ ਕਿ ਜਦੋਂ ਆਪਾਂ ਕੀਰਤਨ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਆਪਾਂ ਨੂੰ ਸਿੱਧਾ ਪੀਰਾਂ ਦੀ ਪਦਵੀ ਮਿਲ ਜਾਂਦੀ ਹੈ। ਨਾਲੇ ਜੇ ਤੁਸੀਂ ਦੋਵੇਂ ਗੇਮਾਂ ਹੀ ਖੇਡਦੇ ਆ ਫਿਰ ਤੁਸੀਂ ਜਪਜੀ ਸਾਹਿਬ ਦੇਖ ਸਕਦੇ, ਆਪਣੇ ਗੈਜਟਸ 'ਤੇ ਪਾਠ ਸੁਣ ਸਕਦੇ ਆ, ਨਾਲੇ ਕੀਰਤਨ ਵੀ ਸਿੱਖ ਸਕਦੇ ਆ। ਫਰੈਂਡਸ, ਇੱਥੇ ਵਾਕਈ ਸਹੀ ਗੱਲ ਆ, ਰੋਜ਼ ਆਪਣੇ ਲਈ ਸਪੋਰਟਿਵ ਹੁੰਦੇ ਆ, ਨਾ ਕਿ ਬੇਲੀਅਰ ਹੁੰਦੇ ਆ। ਰੋਜ਼ ਸਿਰਫ ਆਪਣੇ ਲਈ ਹੁੰਦੇ ਆ ਵੀ ਅਸੀਂ ਇੱਕ ਫਰੂਟਫੁਲ ਲਾਈਫ ਜੀ ਪਾਈਏ। ਤੁਹਾਡੀ ਗੱਲ ਤਾਂ ਸਹੀ ਆ, ਮੈਂ ਆਪਣੀ ਸਾਰੀਆਂ ਗੇਮਾਂ ਇੰਸਟਾਲ ਕਰਕੇ ਅੰਮ੍ਰਿਤ ਵੇਲੇ ਉੱਠਿਆ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।